ਜੈ ਸ਼੍ਰੀ ਰਾਮ। ਮੈਂ ਸੰਜੀਵ ਭਾਸਕਰ, ਸ਼ਿਵ ਸੈਨਾ ਉਧਵ ਬਾਲਾ ਸਾਹਿਬ ਠਾਕਰੇ। ਮਹਾਂਸ਼ਿਵਰਾਤਰੀ ਦਾ ਪਰਵ ਜਿਹੜਾ 8 ਮਾਰਚ ਨੂੰ ਆ ਰਿਹਾ, ਜਿਹੜਾ ਅਸੀਂ ਸ਼ਹਿਰ ਵਾਸੀ, ਪੂਰੇ ਦੇਸ਼ ਵਾਸੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਉਂਦੇ ਹਾਂ। ਅਸੀਂ ਅੱਜ ਉਸੇ ਸਿਲਸਿਲੇ ਦੇ ਵਿੱਚ ਇੱਕ ਮੰਗ ਪੱਤਰ ਦੇਣ ਆਏ ਹਾਂ ਸਤਿਕਾਰਯੋਗ DC ਸਾਹਿਬ ਨੂੰ, ਕਿ ਜਿਹਦੇ ਵਿੱਚ ਸਾਡੀ ਮੰਗ ਕੀਤੀ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਅਸੀਂ ਕਿਸੇ ਵੀ ਅਸ਼ੁੱਧ ਜਾਂ ਤਾਪਸੀ ਚੀਜ਼ ਦਾ ਸੇਵਨ ਨਹੀਂ ਕੀਤਾ ਜਾਂਦਾ, ਵਸਤੂਆਂ ਇਸਤੇਮਾਲ ਨਹੀਂ ਕੀਤਾ ਜਾਂਦਾ। ਉਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਸ਼ਿਵਰਾਤਰੀ ਵਾਲੇ ਦਿਨ ਸ਼ਰਾਬ ਦੇ ਠੇਕੇ, ਸ਼ਰਾਬ ਦੀਆਂ ਦੁਕਾਨਾਂ, ਮਾਸ ਮੀਟ ਦੀਆਂ ਦੁਕਾਨਾਂ ਅਤੇ ਤੰਬਾਕੂ ਬੀੜੀ ਦੇ ਖੋਖੇ ਜਿਹੜੇ ਨੇ ਉਸ ਦਿਨ ਬੰਦ ਕੀਤੇ ਜਾਣ। ਲੇਕਿਨ ਅਸੀਂ ਕਹਿੰਦੇ ਹਾਂ ਕਿ ਜਦੋਂ ਕਿਤੇ ਬੇਅਦਬੀ ਹੁੰਦੀ ਹੈ ਜਾਂ ਕਿਸੇ ਮੰਦਰ ਗੁਰਦੁਆਰੇ 'ਤੇ ਬੇਅਦਬੀ ਹੁੰਦੀ ਹੈ ਜਾਂ ਗਲਤ ਕੰਮ ਹੁੰਦਾ, ਤਾਂ ਉਸ ਤੋਂ ਬਾਅਦ ਜਦੋਂ ਸ਼ਿਵ ਸੈਨਾ ਆਪਣਾ ਕਦਮ ਉਠਾਉਂਦੀ ਹੈ ਤਾਂ ਸ਼ਿਵ ਸੈਨਾ ਨੂੰ ਫਿਰ ਕਹਿੰਦਾ ਸ਼ਿਵ ਸੈਨਾ ਧੱਕਾ ਕਰਦੀ ਹੈ। ਅਸੀਂ ਇਸੇ ਤਰ੍ਹਾਂ 7 ਦਿਨ ਪਹਿਲਾਂ ਹੀ ਅਸੀਂ ਪ੍ਰਸ਼ਾਸਨ ਨੂੰ ਜਾਗਰੂਕ ਕਰ ਰਹੇ ਹਾਂ ਕਿ ਪ੍ਰਸ਼ਾਸਨ ਜਨਤਾ ਨੂੰ, ਉਹਨਾਂ ਦੁਕਾਨਦਾਰਾਂ ਨੂੰ, ਚਾਹੇ ਮੀਡੀਆ ਜ਼ਰੀਏ, ਚਾਹੇ ਕਿਸੇ ਵੀ ਜ਼ਰੀਏ ਅਵੇਅਰਨੈਸ ਕੀਤੀ ਜਾਵੇ ਕਿ ਉਸ ਦਿਨ ਮੇਰੀ ਉਹਨਾਂ ਦੁਕਾਨਦਾਰਾਂ ਅੱਗੇ ਵੀ ਅਪੀਲ ਹੈ, ਮੈਂ ਬੇਨਤੀ ਕਰਦਾ ਹਾਂ ਕਿ ਉਸ ਦਿਨ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਅਤੇ ਆਪਾਂ ਮਹਾਂਸ਼ਿਵਰਾਤਰੀ ਦਾ ਪਰਵ ਸ਼ਰਧਾ ਦੇ ਨਾਲ, ਧੂਮਧਾਮ ਦੇ ਨਾਲ ਮਨਾਈਏ ਅਤੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖੀਏ।